ਇੱਕ ਤਾਂ ਪੰਜਾਬੀਆਂ ਨੂੰ ਵਿਦੇਸ਼ ਜਾਣ ਦਾ ਚਾਅ ਤੇ ਦੂਜਾ ਵਿਦੇਸ਼ ਜਾ ਕੇ ਪੰਜਾਬੀਆਂ ਦੇ ਝੰਡੇ ਗੱਡਣਾ ਪੰਜਾਬੀਆਂ ਨੂੰ ਬਹੁਤ ਪਾਉਂਦਾ ਹੈ। ਮੋਗਾ ਤੋਂ ਸਾਲ 2002 ਵਿੱਚ ਰਘਵਿੰਦਰ ਸਿੰਘ ਨਾਮ ਦਾ ਨੌਜਵਾਨ ਲੰਡਨ ਵਿਖੇ ਪੜ੍ਹਾਈ ਕਰਨ ਲਈ ਗਿਆ ਤੇ ਅੱਜ ਉਹੀ ਨੌਜਵਾਨ ਉੱਥੇ ਪੜ੍ਹਾਈ ਕਰਨ ਮਗਰੋਂ ਹੰਸਲੋ ਸ਼ਹਿਰ ਦਾ ਡਿਪਟੀ ਮੇਅਰ ਬਣ ਗਿਆ। ਪੰਜਾਬ ਦਾ ਨਾਂ ਰੋਸ਼ਨ ਕਰਨ ਵਾਲੇ ਰਘਵਿੰਦਰ ਸਿੰਘ ਨੇ ਲੰਡਨ ਵਿਖੇ ਵਕਾਲਤ ਦੀ ਪੜ੍ਹਾਈ ਕੀਤੀ ਅਤੇ ਮੁੜ ਕੇ ਚੋਣਾਂ ਵਿੱਚ ਖੜ ਕੇ ਡਿਪਟੀ ਮੇਅਰ ਬਣ ਗਿਆ। ਇਸੇ ਖੁਸ਼ੀ ਦੇ ਚੱਲਦਿਆਂ ਰਘਵਿੰਦਰ ਦੇ ਪਿੰਡ ਸਿੰਘਾਂਵਾਲਾ ਵਿਖੇ ਉਸਦੇ ਮਾਂ ਪਿਓ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ। ਪਰਿਵਾਰਕ ਮੈਂਬਰ ਰਘਵਿੰਦਰ ਦੀ ਇਸ ਕਾਮਯਾਬੀ ਦਾ ਗਿੱਧਾ ਪਾ ਕੇ ਖੁਸ਼ੀਆਂ ਮਨਾ ਰਹੇ ਨੇ। ਹਾਂਜੀ, ਅਸੀਂ ਬਹੁਤ ਖੁਸ਼ੀ ਮਹਿਸੂਸ ਕਰਦੇ ਹਾਂ। ਸਾਡੇ ਬੱਚੇ ਨੇ ਜਾ ਕੇ ਲੰਡਨ ਦੇ ਵਿੱਚ ਮੇਅਰ ਡਿਪਟੀ ਮੇਅਰ ਬਣਿਆ ਆ। 2002 ਵਿੱਚ ਗਿਆ ਸੀ ਉਹ ਲੰਡਨ ਦੇ ਵਿੱਚ, ਜਾ ਕੇ ਉਹਨੇ ਪਹਿਲਾਂ ਆਪਣੀ ਪੜ੍ਹਾਈ ਪੂਰੀ ਕੀਤੀ ਆ, ਫਿਰ ਉਹਨੇ ਵਕਾਲਤ ਦੇ ਵਿੱਚ ਆਪਦਾ ਨਾਂ ਚੰਗਾ ਚਮਕਾਇਆ ਆ। 2018 ਦੇ ਵਿੱਚ ਉਹ ਇਲੈਕਸ਼ਨ ਹੋਏ, ਉਹਨਾਂ ਦੇ ਰਾਜਨੀਤੀ 'ਚ ਪੈ ਗਿਆ, ਫਿਰ ਉਹਨਾਂ ਨੇ ਉਹਨੇ ਕੌਂਸਲਰ ਬਣਿਆ। ਉਦੋਂ ਮਗਰੋਂ ਉਹ 2019 ਦੇ ਵਿੱਚ ਡਿਪਟੀ ਮੇਅਰ ਬਣਿਆ। ਰਾਜਨੀਤੀ ਦਾ ਸ਼ੁਰੂ ਤੋਂ ਸ਼ੌਂਕ ਰੱਖਦਾ ਸੀ? ਸ਼ੁਰੂ ਤੋਂ ਸ਼ੌਂਕ ਰੱਖਦੇ ਸੀ। ਉਹਨਾਂ ਦੇ ਦਾਦਾ ਜੀ ਸਰਪੰਚ ਸੀਗੇ, ਉਹਨਾਂ ਨੇ 25 ਸਾਲ ਸਰਪੰਚੀ ਕਰੀ ਆ। ਬਹੁਤ ਚੰਗੇ ਸੀਗੇ, ਸਰਪੰਚੀ ਦਾ ਕੰਮ ਉਹਨਾਂ ਨੇ ਕੀਤਾ ਪਿੰਡ ਦੇ, ਬਹੁਤ ਚੰਗੇ ਕੰਮ ਕੀਤੇ ਸੀਗੇ ਉਹਨਾਂ ਨੇ। ਤਾਂ ਉਹਨਾਂ ਨੂੰ ਦੇਖ ਕੇ ਉਹ ਚਾਹੁੰਦਾ ਸੀ ਵੀ ਮੈਂ ਵੀ ਰਾਜਨੀਤੀ ਵਿੱਚ ਆਵਾਂ। ਫਿਰ ਉਦੋਂ ਬਾਅਦ ਉਹਨੇ ਉੱਥੇ ਇਲੈਕਸ਼ਨ ਲੜੀ ਆ ਅਤੇ ਅਸੀਂ ਵੀ ਪਹੁੰਚੇ ਹੋਏ ਸੀ ਉੱਥੇ, ਅਤੇ ਉਹਨੇ ਬਹੁਤ ਮਿਹਨਤ ਕਰਕੇ ਇਸ ਮੁਕਾਮ 'ਤੇ ਪਹੁੰਚਿਆ। ਪੰਜਾਬ ਵਿੱਚ ਵੀ ਸਿਆਸੀ ਲਿਹਾਜ਼ਾ ਰੱਖਣ ਵਾਲੇ ਰਘਵਿੰਦਰ ਦੇ ਪਿਤਾ ਦੀ ਇਹ ਖਬਰ ਸੁਣਨ ਨਾਲ ਹਿੱਕ ਵੀ ਝੋੜੀ ਹੋ ਗਈ ਹੈ। ਮੇਰਾ ਲੜਕਾ ਇੰਗਲੈਂਡ ਦੇ ਵਿੱਚ ਜਾ ਕੇ ਪਹਿਲਾਂ ਕੌਂਸਲਰ ਬਣਿਆ, ਉਸ ਤੋਂ ਬਾਅਦ 2018 'ਚ ਕੌਂਸਲਰ ਬਣਿਆ, ਉਸ ਤੋਂ ਬਾਅਦ ਡਿਪਟੀ ਮੇਅਰ ਬਣਿਆ। ਮੈਨੂੰ ਬਹੁਤ ਖੁਸ਼ੀ ਮਹਿਸੂਸ ਕਰਦਾ ਕਿ ਲੰਡਨ ਦੇ ਵਿੱਚ ਜਾ ਕੇ ਮੇਰੇ ਬੱਚੇ ਨੇ ਤਰੱਕੀ ਕੀਤੀ ਹੈ। ਪਰਮਾਤਮਾ ਇਸੇ ਤਰ੍ਹਾਂ ਮੈਨੂੰ ਤਰੱਕੀ ਦੇ ਰਾਹ ਤੋਰੀ ਜਾਵੇ ਅਤੇ ਲੋਕਾਂ ਦੀ ਸੇਵਾ ਕਰ ਸਕਦੇ। ਕਿਸ ਤਰ੍ਹਾਂ ਉਹਨਾਂ ਨੂੰ ਪ੍ਰੇਰਣਾ ਮਿਲੀ ਜਿਹੜੀ ਰਾਜਨੀਤੀ ਜਾਣ ਦੇ ਕੇ? ਰਾਜਨੀਤੀ 'ਚ ਜਾਣ ਦੇ ਕੋਲ ਸਾਡੇ ਪਿਤਾ ਜੀ, ਪਹਿਲਾਂ ਸਾਡੇ ਦਾਦਾ ਜੀ ਕੈਪਟਨ ਸੀ ਇੰਡਸਟਰੀ ਦੇ ਵਿੱਚ, ਉਸ ਤੋਂ ਬਾਅਦ ਸਾਡੇ ਪਿਤਾ ਜੀ ਨੇ ਸਰਪੰਚੀ ਕੀਤੀ 30 ਸਾਲ ਲਗਾਤਾਰ ਮੈਦ ਕੀ ਪੰਚਾਇਤ ਦੀ। ਉਹ ਪਹਿਲਾਂ ਤਾਂ ਲਗਨ ਸੀ ਉਹਨਾਂ ਨੂੰ, ਮੈਂ ਵੀ ਕਿਸੇ ਤਰੱਕੀ ਕਰਾਂ ਅਤੇ ਪਹਿਲਾਂ ਤਾਂ ਸਾਡੇ ਡੈਡੀ ਦੇ ਕੋਲ ਬਹਿੰਦਾ ਸੀ, ਉਹਨਾਂ ਨੇ ਇਹਦੇ ਵਿੱਚ ਗੱਲਾਂ ਕਰਦਾ ਸੀ ਅਤੇ ਪਹਿਲਾਂ ਤਾਂ ਉਹਦੇ ਦਾਦੇ ਤੋਂ ਇਹਨੂੰ ਪ੍ਰੇਰਨਾ ਮਿਲੀ ਕਰਕੇ ਰਾਜਨੀਤੀ ਦੇ ਵਿੱਚ ਅਤੇ ਲੋਕਾਂ ਦੀ ਸੇਵਾ ਕਰਦਾ। ਪਰਿਵਾਰ, ਰਿਸ਼ਤੇਦਾਰ ਅਤੇ ਦੋਸਤਾਂ ਵੱਲੋਂ ਰਘਵਿੰਦਰ ਦੀ ਇਸ ਪ੍ਰਾਪਤੀ 'ਤੇ ਖੁਸ਼ੀ ਮਨਾਈ ਜਾ ਰਹੀ ਹੈ। ਅਤੇ ਖੁਸ਼ੀ ਹੋਵੇ ਵੀ ਕਿਉਂ ਨਾ, ਆਖਰ ਲੰਡਨ ਵਿੱਚ ਇੱਕ ਸ਼ਹਿਰ ਦੇ ਡਿਪਟੀ ਮੇਅਰ ਜੋ ਬਣੇ ਨੇ। ਮੋਗਾ ਤੋਂ ਜੋਗਿੰਦਰ ਸਿੰਘ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਕੈਨੇਡਾ SDS ਪ੍ਰਣਾਲੀ ਦੇ ਅੰਦਰ 1 ਸਾਲ ਦੀ ਫੀਸ, 1 ਸਾਲ ਦੀ GIC ਅਤੇ IELTS ਵਿੱਚ 6 ਈਚ ਬੈਂਡ ਹੁਣ ਲਾਜ਼ਮੀ ਕਰ ਦਿੱਤੇ ਗਏ ਹਨ। ਸੋ ਜੇ ਤੁਸੀਂ ਸਪਟੈਂਬਰ SDS ਸਕੀਮ ਤਹਿਤ ਅਪਲਾਈ ਕਰਨਾ ਚਾਹੁੰਦੇ ਹੋ, ਅੱਜ ਹੀ ਕੰਟੈਕਟ ਕਰੋ 9563 9563।